इना कपड़े लीड़े मेरी जठानी ने मेरा सारा कमीज फाड़ के मेन तंग कर दे बहुत ज्यादा है सारा परिवार सर मेरा घर वाला सर मैडम जी आज मेरी जठानी दे नाल मेरा घर वाला गलत जे ए कह दे बे हुन भी कह दे बे मेरे को खोए फिर ही हुने तड़ना जानो त्यार पे खोए पंजाब राज महिला कमीशन दी चेयरमैन मैडम मनीषा गुलट आज अजनाला दे सरहदी पिंड बोहलिया विच पहुंची जिथे उन्होंने घर दे विच मार कुटाई करके निकाली गई एक महिला नु उस दे बच्चे वापस दिवाए उथे ही पुलिस नु हिदायत दित्ती के मामले दी 5 दिनां विच जांच करके रिपोर्ट दित्ती जावे इस मौके पीड़ित लड़की ने दस्या के उस नु मार कुट करके घर तो निकाल दित्ता गया सी अते उस दे बच्चे भी रख ले गए सन जिस दे बाद उसने महिला कमीशन मैडम नु शिकायत दित्ती सी जदों लड़की नु उस दे बच्चे वापस मिले तां लड़की ताहा मार के रोन लगी अते उधर ही लड़की दी सास ने किया के लड़की झूठ बोल रही है अंदर कोई नजर ना आए चलो चलो अंदर दरवाजा बंद करो अपना दरवाजा बंद करो चक के ला जाने तुम सारे यार चलो तू पैसे लेके आ तेरे वीर दे पैसे नहीं ले तू पैसा दी हकदारी दे पैसे लेके आ ते इन्होंने मेनु मारिया कुटिया गाली गलौज कीती मेरे मैडम जी मेरे दो बच्चे कपड़े लीड़े मेरी जठानी ने मेरा सारा कमीज फाड़ के मेन नंगी ਪੜਾ ਇਧਰੋਂ ਖਾਈ ਬੱਚਾ ਪੜਾ ਇਧਰੋਂ ਖਾਈ बच्चे अपने वाल पुट के रात नूं लै गई सी
ਅੰਦਰ ਲੈ ਗਈ ਸੀ ਆਪਣੇ ਨਾਲ ਕਹਿੰਦੇ ਧੱਕੀਆਂ ਦਿੰਦੇ ਨੇ ਧੱਕੇ ਤੇ ਫੇਰ ਇਹ ਪਾਪੇ ਦੇ ਛੱਡ ਕੇ ਉਹ ਜਗ੍ਹਾ ਤੇ ਆਣ ਗਵਾਣ ਪੁੱਛ ਲੋ ਕਿੰਨੀ ਵਾਰ ਇਹਨਾਂ ਸਾਨੂੰ ਲੈ ਨਹੀਂ ਲਿਆਂਦੇ ਜਾ ਕੇ ਰੋਜ਼ ਸਾਨੂੰ ਆਉਂਦੇ ਧਮਕੇ ਤਾਂ ਉਹਨਾਂ ਸਾਰੇ ਨਾਮ ਤੇ ਮਾਰ ਦੇਣਾ ਗੋਲੀਆਂ ਗੋਲੀਆਂ ਹੋਈਆਂ ਸਾਡੇ ਮਾਂ ਤੇ ਬੜੇ ਸਕੇ ਵੋਲਟੀ ਸਾਡਾ ਮਾਮਾ ਵੋਲਟੀ ਉਹ ਸਾਨੂੰ ਸਰ ਮੇਰਾ ਨਾਂ ਸਿਮਰਨ ਕੌਰ ਆ ਮੈਨੂੰ ਸਰ ਤੰਗ ਕਰਦੇ ਬਹੁਤ ਜ਼ਿਆਦਾ ਹੈ ਸਾਰਾ ਪਰਿਵਾਰ ਸਰ ਮੇਰਾ ਘਰ ਵਾਲਾ ਸਰ ਮੈਡਮ ਜੀ ਕੱਲ ਮੇਰੀ ਜਠਾਣੀ ਦੇ ਨਾਲ ਮੇਰਾ ਘਰ ਵਾਲਾ ਗਲਤ ਜੇ ਸਰ ਹੁਣ ਕੀ ਗੱਲ ਇਹ ਮੈਨੂੰ ਕੁੱਟਦਾ ਮਾਰਦੇ ਜੀ ਕੀ ਗੱਲ ਹੈ ਦੋ ਦਿਨ ਪਹਿਲਾਂ ਸਰ ਮੈਨੂੰ ਕੁੱਟਦੇ ਮਾਰਦੇ ਆ ਮੇਰੇ ਘਰ ਵਾਲੇ ਨੇ ਦੋ ਦਿਨ ਪਹਿਲਾਂ ਮੈਨੂੰ ਮਾਰਿਆ ਵੱਡੇ ਪ੍ਰੇਸ਼ਰ ਨਾਲ ਮੇਰਾ ਕਾਕਾ ਹੋਇਆ ਫਿਰ ਸਰ ਮੈਂ ਆਪਣੀ ਮੰਮਾ ਨੂੰ ਨਹੀਂ ਦੱਸਿਆ ਫਿਰ ਸਰ ਇਹਨਾਂ ਨੇ ਮੇਰੀ ਜਠਾਣੀ ਨੇ ਮੈਨੂੰ ਵਾਲਾਂ ਤੋਂ ਖਿੱਚਿਆ ਧੂਕੇ ਲੈ ਕੇ ਆਈ ਸੱਸ ਨੇ ਵੀ ਲੱਕ 'ਚ ਮੁੱਕੀਆਂ ਮਾਰੀਆਂ ਫਿਰ ਮੈਂ ਲੰਬੜਦਾਰ ਵੱਲ ਗਈ ਉਹ ਕਹਿੰਦੇ ਇਸ ਤਰ੍ਹਾਂ ਨਹੀਂ ਇੱਥੇ ਸੁਣਵਾਈ ਹੋਣੀ ਤੁਸੀਂ ਥਾਣੇ ਜਾਓ ਦੋ ਵਾਰੀ ਆ ਕੰਮ ਹੋ ਚੁੱਕਾ ਹੈ ਤੁਹਾਡੇ ਫਿਰ ਬੱਚੇ ਕਿੱਥੇ ਗਏ ਸਰ ਬੱਚੇ ਇਹਨਾਂ ਨੇ ਰੱਖ ਲਏ ਮੈਂ ਦੁਬਾਰੇ ਗੇੜੇ ਆਈ ਹਾਂ ਪੁਲਿਸ ਵਾਲੇ ਕਹਿੰਦੇ ਤੁਸੀਂ ਆਪਣੇ ਪੇਕੇ ਚੱਲ ਜਾਓ ਫਿਰ ਮੈਂ ਸਰ ਆਪਣੇ ਸਰ ਮੇਰਾ ਘਰ ਵਾਲਾ ਵੱਡਾ ਬੇਟਾ ਮੇਰਾ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਕਿਸੇ ਮੁੰਡੇ ਦੇ ਨਾਲ ਅਤੇ ਨਿੱਕਾ ਬੇਟਾ ਮੇਰਾ ਆਹ ਵਾਲਾ ਮੇਰੀ ਸੱਸ ਦੀ ਗੋਦੀ 'ਚ ਇਹ ਸਰ ਬਾਹਰ ਚਲੇ ਗਏ ਹੁਣ ਕੀ ਤੁਹਾਡਾ ਮਿਲ ਗਏ ਬੱਚੇ ਤੁਹਾਨੂੰ ਸਰ ਅੱਜ ਮੈਨੂੰ ਮੈਡਮ ਦੇ ਰਾਹੀਂ ਮੇਰੇ ਬੱਚੇ ਮਿਲ ਗਏ ਜੀ ਕੀ ਕਾਰਵਾਈ ਚਾਹੁੰਦੇ ਨਾ ਕਰਵਾ ਤੇ ਮੈਂ ਸਰ ਇਨਸਾਫ਼ ਦੀ ਮੰਗ ਰੱਖਦੀ ਹਾਂ ਕਿ ਮੇਰੇ ਨਾਲ ਵਾਇਲੈਂਸ ਹੋਈ ਹੈ ਮੇਰਾ ਡੇਢ ਦੋ ਮਹੀਨੇ ਦਾ ਦੀ ਗੋਦ ਵਿੱਚ ਬੱਚਾ ਸੀ ਉਹਦਾ ਬੱਚਾ ਖੋਲ੍ਹ ਲਿੱਤਾ ਗਿਆ ਅਤੇ ਹੋਰ ਇੱਕ ਛੋਟਾ ਜਿਹਾ ਡੇਢ ਦੋ ਸਾਲ ਦਾ ਵੀ ਬੇਬੀ ਸੀ ਬੱਚੇ ਖੋਲ੍ਹ ਲਿੱਤੇ ਗਏ ਅਤੇ ਬਹੁਤ ਮਾਰਿਆ ਗਿਆ ਕੱਪੜੇ ਫਾੜ ਦਿੱਤੇ ਗਏ ਜਠਾਨੀ ਦੁਆਰਾ ਅਤੇ ਸਾਨੂੰ ਕੰਪਲੇਂਟ ਕੀਤੀ ਗਈ ਕੱਲ੍ਹ ਮੇਰੀ ਵਿਜ਼ਿਟ ਚੰਡੀਗੜ੍ਹ ਸੀ ਅਤੇ ਅੱਜ ਮੈਂ ਸਵੇਰੇ ਹੀ ਅਜਨਾਲਾ ਪੁਲਿਸ ਨੂੰ ਅਪਰੋਚ ਕੀਤਾ DSP ਸਾਹਿਬ ਮੇਰੇ ਨਾਲ ਨੇ ਇਹਨਾਂ ਨੇ ਵੀ ਬੜਾ ਸਹਿਯੋਗ ਕੀਤਾ ਇਮੀਡੀਏਟਲੀ ਇਹ ਮੌਕੇ 'ਤੇ ਮੇਰੇ ਨਾਲ ਪਹੁੰਚ ਗਏ ਅਤੇ ਅਜੇ ਹੀ ਉਹ ਮੈਸੇਜ ਹੈ ਕਿ ਜੇ ਇਹਨਾਂ ਨੂੰ ਕਿਹਾ ਪਾਈਂਦੇ ਨੇ ਸਾਨੂੰ ਰਿਪੋਰਟ ਸਾਰੇ ਪਿੰਡ 'ਚੋਂ ਬਿਆਨ ਲੈ ਕੇ ਸਾਨੂੰ ਕਿ ਕੌਣ ਦੋਸ਼ੀ ਦੋਨੋਂ ਧੜਿਆਂ ਨੂੰ ਸੁਣ ਲਿੱਤਾ ਗਿਆ ਉਹਨੇ 5 ਦਿਨ 'ਚ ਰਿਪੋਰਟ ਬਣਾ ਕੇ ਸਾਨੂੰ ਦੇਣਗੇ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਜੇ ਇਹਨਾਂ ਨੇ ਵਾਇਲੈਂਸ ਕੀਤੀ ਹੋਈ ਤਾਂ FIR ਹੋਏਗੀ ਇਹ ਸਾਰੇ ਅੰਦਰ ਜਾਣਗੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਏਗੀ ਤੁਸੀਂ ਆਏ ਉਦੋਂ ਕੀ ਦੇਖਿਆ ਬੱਚੇ ਕਿੱਥੇ ਸੀ ਹਾਂਜੀ ਬੱਚੇ ਇਹਨਾਂ ਦੇ ਕੋਲ ਹੀ ਸੀ ਉਹ ਵਿਚਾਰੀ ਭੱਜਦੀ ਹੋਈ ਸਾਡੇ ਨਾਲ ਹੀ ਬਾਹਰੋਂ ਰੋਂਦੀ ਹੋਈ ਆਈ ਇਹਨੇ ਆ ਕੇ ਬੱਚੇ ਫਟਾਫਟ ਬੱਚੇ ਆਪਣੀ ਗੋਦ 'ਚ ਫੜ ਲਏ ਅਤੇ ਜੋ ਦੇਖੇ ਨੇ ਚਾਹਿਆ ਜੋ ਬੀਂਗ ਏ ਲੇਡੀ ਮੈਂ ਸਮਝ ਸਕਦੀ ਹਾਂ ਉਹਦਾ ਦਰਦ ਕਿ ਬੱਚੇ ਇਹਨਾਂ ਨੇ ਖੋਏ ਨੇ ਔਰ ਜੋ ਪੜੋਸੀਆਂ ਨੇ ਵੀ ਦੱਸਿਆ ਕਿ ਇਹਨਾਂ ਨੇ ਕੱਪੜੇ ਫਾੜੇ ਨੇ ਹੁੰਦੇ